ਸਤਿ ਸ਼੍ਰੀ ਅਕਾਲ ਜੀ। ਸਿਨੇਮਾ ਘਰਾਂ ਵਿੱਚ ਹੁਣ ਰੌਣਕਾਂ ਲੱਗਣ ਦਾ ਦੌਰ ਜਾਰੀ ਆ ਐਂਡ ਇਸੇ ਕਤਾਰ ਵਿੱਚ ਹੁਣ ਐਮੀ ਵਿਰਕ ਅਤੇ ਗੁੱਗੂ ਗਿੱਲ ਹੋਰਾਂ ਦੀ ਫਿਲਮ ਓਏ ਮੱਖਣਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਫਿਲਮ ਹੁਣ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਆ ਚੁੱਕਾ ਹੈ ਫਿਲਮ ਦਾ, ਜੋ ਕਿ ਤੁਸੀਂ ਇਸ ਵੀਡੀਓ ਦੇ ਐਂਡ ਵਿੱਚ ਵੀ ਦੇਖ ਸਕਦੇ ਹੋ। ਐਂਡ ਜੋ ਫਿਲਮ ਹੈ ਉਹ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਇਸ ਫਿਲਮ ਨੂੰ ਖੁਦ ਐਮੀ ਵਿਰਕ ਹੀ ਪ੍ਰੋਡਿਊਸ ਕਰਨਗੇ। ਐਮੀ ਦੇ ਨਾਲ ਵਿਕਰਮ ਬਹਿਰਾ, ਸਿਧਾਰਥ ਆਨੰਦ, ਸਿਮਰਜੀਤ ਸਿੰਘ ਵੀ ਪ੍ਰੋਡਿਊਸ ਕਰ ਰਹੇ ਨੇ। ਫਿਲਮ ਵਿੱਚ ਐਮੀ ਵਿਰਕ ਨਾਲ ਤਾਨੀਆ, ਗੱਗੂ ਗਿੱਲ, ਸਿਦਿਕਾ ਸ਼ਰਮਾ ਅਤੇ ਸੁਖਵਿੰਦਰ ਚਾਹਲ ਵੀ ਨਜ਼ਰ ਆਉਣਗੇ। ਇਸ ਫਿਲਮ ਲਈ ਜੋ ਗਾਣੇ ਉਹ ਹੈਪੀ ਰਾਏ ਕੋਟੀ ਐਂਡ ਕਿਰਤ ਗਿੱਲ ਨੇ ਲਿਖੇ ਨੇ ਐਂਡ ਸੌਂਗ ਨੂੰ ਮਿਊਜ਼ਿਕ ਐਮੀ ਸਰਾਂ ਵੱਲੋਂ ਦਿੱਤਾ ਗਿਆ। ਸੋ ਇਹ ਫਿਲਮ ਵੀ ਭਰਪੂਰ ਮਨੋਰੰਜਨ ਕਰਨ ਜਾ ਰਹੀ ਹੈ ਆਪਣੇ ਦਰਸ਼ਕਾਂ ਦਾ ਸਿਨੇਮਾ ਘਰਾਂ ਦੇ ਵਿੱਚ। ਸੋ ਕਰਦੇ ਹਾਂ ਵੇਟ ਫਿਲਮ ਦੇ ਰਿਲੀਜ਼ ਹੋਣ ਦਾ। ਐਂਡ ਅੱਜ ਦੀ ਅਪਡੇਟ ਵਿੱਚ ਇੰਨਾ ਹੀ ਸੀਗਾ। ਹੋਰ ਨੈਕਸਟ ਅਪਡੇਟਸ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਐਂਡ ਨਵੀਂ ਅਪਡੇਟ ਦੇ ਨਾਲ। ਮੱਖਣ ਭਤੀਜਾ ਨਹੀਂ ਪੁੱਤ।